ਅਸੀਂ ਅਕਸਰ ਸੁਣਦੇ ਹਾਂ ਕਿ ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਬਣਾਇਆ, ਦੁੱਖ ਸੁੱਖ ਸਭ 'ਤੇ ਆਉਂਦੇ ਨੇ, ਪਰ ਅਜਿਹਾ ਨਹੀਂ। ਰੱਬ ਨੇ ਸਿਰਫ ਇਨਸਾਨ ਬਣਾਇਆ, ਪਰ ਉਹਦੇ ਲੇਖਾਂ ਵਿੱਚ ਇੱਕੋ ਜਿਹਾ ਨਹੀਂ ਲਿਖਿਆ, ਸਭ ਵੱਖੋ ਵੱਖ ਨੇ। ਸਰੀਰਕ ਤੌਰ 'ਤੇ ਪੂਰਾ ਇਨਸਾਨ ਕਈ ਵਾਰ ਨਿੱਕੀ ਜਿਹੀ ਮੁਸੀਬਤ 'ਚ ਵੀ ਰੱਬ ਨੂੰ ਮਿਹਣੇ ਦੇਣ ਲੱਗ ਜਾਂਦਾ, ਪਰ ਕਦੇ ਸੋਚਿਆ ਕਿ ਅੱਖਾਂ, ਲੱਤਾਂ, ਬਾਹਾਂ ਜਾਂ ਹੋਰ ਸਰੀਰਕ ਅੰਗ ਤੋਂ ਵਿਹੂਣੇ ਲੋਕ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਹੋਣਗੇ? ਅੱਜ ਅਸੀਂ ਤੁਹਾਨੂੰ ਸਾਡੇ ਇਸ ਲੜੀਵਾਰ ਪ੍ਰੋਗਰਾਮ 'ਚ ਵੀ ਸਰੀਰਕ ਪੱਖੋਂ ਵਿਹੂਣੇ ਪਰ ਮਿਹਨਤੀ ਵਿਅਕਤੀ ਭੋਲਾ ਸਿੰਘ ਬਾਰੇ ਦੱਸਾਂਗੇ, ਜੋ ਅੰਤਾਂ ਦੀ ਗਰੀਬੀ ਅਤੇ ਮੁਸੀਬਤ 'ਚ ਵੀ ਰੱਬ ਦਾ ਸ਼ੁਕਰਾਨਾ ਕਰਦਾ। ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਇਹ ਭੋਲਾ ਸਿੰਘ ਅਤੇ ਉਸਦੀ ਪਤਨੀ ਹੈ। ਇਹ ਪਿੰਡ ਬੀਲੇਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਾਸੀ ਹੈ। ਇਹ ਦੋਨੋਂ ਬਚਪਨ ਤੋਂ ਹੀ ਅਪਾਹਜ ਨੇ। ਇਸ ਜੋੜੇ ਦੇ ਦੋ ਬੱਚੇ ਨੇ, ਇੱਕ ਧੀ ਅਤੇ ਇੱਕ ਪੁੱਤਰ। ਵਾਹਿਗੁਰੂ ਨੇ ਸੋਹਣੀ ਸੁਣੀ ਹੈ ਕਿ ਉਹ ਬਿਲਕੁਲ ਤੰਦਰੁਸਤ ਹੈ। ਭੋਲਾ ਸਿੰਘ ਆਟੋ ਚਾਲਕ ਹੈ। ਅਪਾਹਜ ਹੋਣ ਕਰਕੇ ਉਹ ਬੈਠ ਕੇ ਹੀ ਕੰਮ ਕਰ ਸਕਦਾ। ਇਸ ਤੋਂ ਪਹਿਲਾਂ ਉਸਨੇ ਨਿੱਕੀ ਮੋਟੀ ਦੁਕਾਨਦਾਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕਿਆ। ਹੁਣ ਕਿਸ਼ਤਾਂ 'ਤੇ ਇਹ ਆਟੋ ਖਰੀਦਿਆ, ਗੁਜ਼ਾਰੇ ਜੋਗਾ ਕਮਾ ਲੈਂਦਾ। ਮੈਂ ਅਤੇ ਮੇਰੀ ਪਤਨੀ ਦੋਨੋਂ ਅੰਗਹੀਨ, ਅਸੀਂ ਸਾਡਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ। ਦੋ ਮੇਰੇ ਬੱਚੇ ਆ, ਇੱਕ ਬੇਟਾ ਇੱਕ ਬੇਟੀ ਆ, ਉਹ ਨਿੱਕੇ ਨਾਬਾਲਗ ਆ ਹਜੇ। ਇਸ ਲਈ ਅਸੀਂ ਆਹ ਦੋ ਗਾਈਆਂ ਰੱਖੀਆਂ, ਇਹਦੇ ਨਾਲ ਦੁੱਧ ਵੇਚ ਕੇ ਆਪਦਾ ਟਾਈਮ ਪਾਸ ਕਰਦੇ ਹਾਂ, ਗੁਜ਼ਾਰਾ ਕਰਦੇ ਹਾਂ। ਮੇਰੇ ਘਰ ਵਾਲੀ ਇਹ ਸਮਝਦੀ ਆ ਬੱਚੇ ਨਾਲ ਲਾ ਕੇ। ਮੈਂ ਆਟੋ ਚਲਾਉਣਾ, ਆਟੋ ਮੇਰਾ ਕਿਸ਼ਤਾਂ 'ਤੇ ਆਈ, 50-60 ਹਜ਼ਾਰ ਰੁਪਇਆ ਮੈਂ ਬੈਂਕ ਦਾ ਦੇਣਾ ਹੈ। ਉਹ ਕਿਸ਼ਤਾਂ ਵੀ ਭਰਨੀਆਂ ਹੁਣ ਬਹੁਤ ਮੁਸ਼ਕਲ ਹੋਈਆਂ ਪਈਆਂ, ਇਸ ਲਈ ਅਸੀਂ ਆਪਦਾ ਰੋਟੀ ਪਾਣੀ ਦਾ ਗੁਜ਼ਾਰਾ ਤਾਂ ਜੀ ਐਂ ਕਰੀ ਜਾਂਦੇ ਹਾਂ। ਬੱਚੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਸਰਕਾਰੀ ਸੰਸਥਾਵਾਂ 'ਚ ਪੜ੍ਹਦੇ ਹੈ। ਸ਼ਹਿਰ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਹੈ, ਸੋ ਸ਼ਹਿਰ 'ਚ ਬੱਚੇ ਪੜ੍ਹਾਉਣਾ ਸੌਖਾ ਨਹੀਂ। ਬੱਚਿਆਂ ਦੇ ਬਾਰੇ ਤਾਂ ਸੋਚਿਆ ਜੀ, ਬੱਚੇ ਪੜ੍ਹਾਉਣਾ ਚਾਹੁੰਦਾ ਹਾਂ, ਚੰਗੀ ਸਿੱਖਿਆ ਦੇ ਕੇ ਨੌਕਰੀ ਦੇ ਕਾਬਲ ਬਣਾਉਣਾ ਚਾਹੁੰਦਾ ਹਾਂ ਜੀ, ਪਰ ਆਪਦੇ ਹਾਲਾਤਾਂ ਨੂੰ ਵੇਖਦੇ ਹੋਏ ਔਖਾ ਹੋਇਆ ਪਿਆ ਬਈ। ਸੁਪਨੇ ਤਾਂ ਬਾਈ ਜੀ ਬਹੁਤ ਆ, ਪਰ ਮਾਲਕ ਨੇ ਤੋੜੇ ਪਏ ਆ। ਇਹੀ ਸੁਪਨੇ ਆ ਹੁਣ ਤਾਂ ਵੀ ਬੱਚੇ ਪੜ੍ਹ ਲਿਖ ਕੇ ਕਿਤੇ ਕੋਈ ਟਿਕਾਣੇ ਲੱਗ ਜਾਣ। ਪਤਨੀ ਵੀ ਅਪਾਹਜ ਹੈ, ਪਰ ਉਹ ਘਰ ਦੇ ਗੁਜ਼ਾਰੇ 'ਚ ਹੱਥ ਵਟਾਉਣ ਲਈ ਡੰਗਰ ਪਾਲਦੀ ਹੈ, ਦੁੱਧ ਤੋਂ ਥੋੜ੍ਹੀ ਬਹੁਤੀ ਕਮਾਈ ਹੋ ਜਾਂਦੀ ਹੈ। ਭੋਲਾ ਸਿੰਘ ਬੱਚਿਆਂ ਜੋਗਾ ਕਮਾ ਲੈਂਦਾ ਹੈ ਅਤੇ ਪਤਨੀ ਘਰ ਦੇ ਰਾਸ਼ਨ ਜੋਗਾ। ਇਸ ਕਮਾਈ ਨਾਲ ਬਸ ਇੰਨਾ ਹੀ ਸੰਭਵ ਹੈ।
ਹੁਣ ਤੱਕ ਮਾੜਾ ਮੋਟਾ ਗੁਜ਼ਾਰਾ ਇਹਦੇ ਨਾਲ ਹੁੰਦਾ ਸੀਗਾ, ਹੁਣ ਦੁੱਧ ਤੇ ਬਸ ਦੁੱਧ ਦੇ ਦਿੰਦੀਆਂ, ਦੁੱਧ ਵੇਚ ਲੈਂਦੀਆਂ ਮਾੜਾ ਮੋਟਾ ਜਿਹੜਾ ਹੁੰਦਾ ਥੋੜ੍ਹਾ ਬਹੁਤ, ਉਹਦੇ ਨਾਲ ਗੁਜ਼ਾਰਾ ਹੁੰਦਾ ਬਸ। ਫੀਸਾਂ ਫੂਸਾਂ ਦਾ ਤਾਂ ਸਰਕਾਰੀ ਸਕੂਲ ਸਕਾਲ ਦੇ ਵਿੱਚ ਪੜ੍ਹਾ ਪੜੂ ਕੇ ਚੱਲ ਟਾਈਮ ਪਾਸ ਕੀਤਾ, ਔਖਾ ਹੀ ਹੋਇਆ ਪਿਆ, ਬਹੁਤ ਜ਼ਿਆਦਾ ਫੀਸ ਦਾ ਬਹੁਤ ਔਖਾ ਹੋਇਆ ਪਿਆ। ਜੀ ਕਰਦਾ ਚੰਗੇ ਸਕੂਲ 'ਚ ਪੜ੍ਹਾ ਦੇਈਏ, ਹੁਣ ਦੋ ਸਕੂਲ ਬਦਲਤੇ ਕੁੜੀਆਂ ਕੁੜੀਆਂ ਦੇ, ਇਸੇ ਕਰਕੇ ਵੀ ਫੀਸ ਦਾ ਕਰਕੇ ਰੌਲਾ ਪੈਂਦਾ ਸੀ। ਫੀਸ ਜ਼ਿਆਦਾ ਸੀ ਅਤੇ ਚੱਲ ਥੋੜ੍ਹੇ 'ਚ ਵੇਖਦੇ ਸੀ ਕਿ ਥੋੜ੍ਹਾ ਕੋਈ ਮਿਲ ਜਾਵੇ ਤਾਂ ਥੋੜ੍ਹੇ 'ਚ ਲਾ ਦੇਈਏ, ਥੋੜ੍ਹੇ 'ਚ ਲਾ ਦੇ। ਹਾਂਜੀ, ਫੀਸ ਕਰਕੇ ਸਕੂਲ ਬਦਲਣਾ ਪਿਆ ਸਾਨੂੰ। ਬਈ ਵੀ ਇਸ ਤਰ੍ਹਾਂ ਇਹ ਸੋਚਦੇ ਵੀ ਸਾਡੇ ਜਵਾਕਾਂ ਦੇ ਸੁਪਨੇ ਪੂਰੇ ਹੋ ਜਾਣ, ਵੀ ਅਸੀਂ ਤਾਂ ਬਥੇਰੀਆਂ ਮਜ਼ਬੂਰੀਆਂ ਵੇਖਾਂ। ਹੁਣ ਮੈਂ ਵੱਜੋ ਰੱਤੀ ਹੋ ਕੇ ਵੀ ਕੰਮ ਕਰਦੀ ਪਸ਼ੂਆਂ ਦਾ, ਪਸ਼ੂਆਂ ਨੂੰ ਪੱਠੇ ਪਾਉਂਦੀ ਹਾਂ, ਸਾਂਭਦੀ ਹਾਂ, ਜਵਾਕਾਂ ਮਾਰੀ ਕਰਦੀ ਫਿਰਦੀ ਵੀ, ਚੱਲ ਇਹਨਾਂ ਨੂੰ ਦੋ ਪੈਸੇ ਹੋਣਗੇ ਤਾਂ ਇਹ ਰੋਟੀ ਚੱਜ ਦੀ ਖਾ ਲੈਣਗੇ, ਪੜ੍ਹ ਲੈਣਗੇ, ਪੜ੍ਹ ਲਿਖ ਕੇ ਕੁਛ ਬਣ ਜਾਣਗੇ, ਬਸ ਜਵਾਕਾਂ ਦਾ ਸੁਪਨਾ ਵੀ ਮੇਰਾ ਪੂਰਾ ਹੋ ਜਾਵੇ। ਆਪ ਤਾਂ ਨਹੀਂ ਕੁਛ ਹੋਇਆ, ਆਪ ਤਾਂ ਧੱਕੇ ਖਾਂਦੇ ਫਿਰਦੇ ਹਾਂ ਵੀ ਚੱਲ ਬੱਚਿਆਂ ਦਾ ਰੀਝਾਂ ਪੂਰੀਆਂ ਹੋ ਜਾਣ ਮੇਰੇ। ਹਾਲਾਂਕਿ ਭੋਲਾ ਸਿੰਘ ਇਹ ਵੀ ਦੱਸਦਾ ਹੈ ਕਿ ਆਟੋ ਦਾ ਕੰਮ ਉਸਨੂੰ ਬਾਕੀਆਂ ਜਿੰਨਾ ਨਹੀਂ ਮਿਲਦਾ, ਕਿਉਂਕਿ ਕਈ ਵਾਰ ਅਪਾਹਜ ਹੋਣ ਕਾਰਨ ਬਾਜ਼ਾਰ ਵਗੈਰਾ ਦੀ ਸਵਾਰੀ ਸਫ਼ਰ ਨਹੀਂ ਕਰਦੀ, ਪਰ ਫਿਰ ਵੀ ਉਹ ਵਾਹਿਗੁਰੂ ਦਾ ਸ਼ੁਕਰ ਕਰਦਾ ਹੈ। ਇਹ ਜੀ ਪਹਿਲਾਂ ਤਾਂ ਸੀਗਾ ਜੀ ਕੰਮ, ਹੁਣ ਆਹ ਬੈਟਰੀ ਵਾਲੇ ਬਹੁਤ ਹੋ ਗਏ, ਆਟੋ ਬਹੁਤ ਵੱਧ ਗਏ, ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਵੱਧ ਗਿਆ ਜੀ, ਅਤੇ ਕੋਈ ਆਟੋ ਵਾਲਾ ਨਾ ਇੱਕ ਦੂਜੇ ਨੂੰ ਕੋਈ ਸਵਾਰੀ ਚੱਕਣ ਦਿੰਦਾ, ਬਹੁਤ ਔਖਾ ਹੋਇਆ ਪਿਆ ਜੀ। ਪਿੰਡਾਂ ਦੇ ਵਿੱਚੋਂ ਕਿਤੇ ਕੋਈ ਗੇੜਾ ਮਾੜਾ ਮੋੜ ਮਿਲ ਜਾਂਦਾ, ਕਿਤੇ ਨਹੀਂ ਮਿਲਦਾ ਜੀ, ਬਸ ਕੋਈ 100-200 ਰੁਪਈਆ ਕਿਤੇ ਬਣ ਜਾਂਦਾ, ਕਿਤੇ ਨਹੀਂ ਬਣਦਾ ਜੀ। ਪਰਿਵਾਰ ਕੋਲ ਦੋ ਕਮਰੇ ਨੇ, ਹਾਲਤ ਖਸਤਾ ਹੈ, ਦੋਹਾਂ ਕਮਰਿਆਂ ਦੀਆਂ ਛੱਤਾਂ ਕਮਜ਼ੋਰ ਨੇ, ਇੱਕ ਕਮਰੇ ਦੀ ਛੱਤ ਪੱਕੀ ਭਾਵ ਲੈਂਟਰ ਨਾਲ ਬਣੀ ਹੈ ਅਤੇ ਦੂਜੀ ਕੱਚੀ ਹੈ, ਪਰ ਇੱਥੇ ਹਾਲਾਤ ਇਹ ਹੈ ਕਿ ਕਮਰਾ ਪੁਰਾਣਾ ਹੋਣ ਕਾਰਨ ਲੈਂਟਰ ਕਿਸੇ ਵੇਲੇ ਵੀ ਟੁੱਟ ਸਕਦਾ ਹੈ। ਪਤਨੀ ਦੱਸਦੀ ਹੈ ਕਿ ਕਈ ਵਾਰ ਜੇ ਮੀਂਹ ਰਾਤ ਨੂੰ ਆ ਜਾਵੇ ਤਾਂ ਸਾਰੀ ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ। ਮੈਂ ਤਾਂ ਇਹੀ ਕਹਿੰਦੀ ਹਾਂ ਭੈਣ ਭਰਾਵਾਂ ਨੂੰ, ਇਹੀ ਮਦਦ ਮੰਗਦੀ ਹਾਂ ਵੀ ਆ ਕਵਰਿਆਂ ਦੀਆਂ, ਵੀ ਇੱਕ ਕਵਰਾ ਸਾਡਾ ਚੱਜਦਾ ਬਣ ਜਾਵੇ, ਅੰਦਰ 'ਚ ਆਉਂਦਾ ਕਿਤੇ ਬਾਲਟੀਆਂ ਰੱਖਦੀ ਹਾਂ, ਜਦੋਂ ਮੀਂਹ ਆਉਣ ਲੱਗਦਾ ਕਿਤੇ ਪੰਨੇ ਪਾਉਂਦੀ ਹਾਂ, ਸਾਰੀ ਰਾਤ ਬਹਿ ਕੇ ਕੱਢ ਲੈਂਦੀ ਜਵਾਕਾਂ ਦੇ ਨਾਲ ਵੀ ਇੱਥੋਂ 'ਚੋਂ ਗਿਆ ਇੱਥੋਂ 'ਚੋਂ ਗਿਆ, ਚੱਲ ਕਮਰੇ ਛੱਤਾਂ ਬਗ ਜਾਣ ਪੈ ਜਾਣ ਨਾ ਕਮਰਾ ਸਾਡਾ, ਸਾਨੂੰ ਸੌਖਾ ਹੋ ਜਾਵੇ, ਨਾਲੇ ਮੇਰੇ ਜਵਾਕ ਵਿਚਾਰੇ ਔਖੇ ਹੁੰਦੇ ਆ, ਮੇਰੇ ਜਵਾਕਾਂ ਦੀ ਬਹੁਤ ਵੱਡੀ ਮਜਬੂਰੀ ਬਣੀ ਪਈ ਪੜ੍ਹਨ, ਉਹਦੇ ਸਕੂਲ ਵੀ ਨਹੀਂ ਜਾਇਆ ਜਾਂਦਾ ਜਿਹਦੇ ਮੀਂਹ ਕਣੀ ਆ ਜਾਂਦੀ ਆ, ਵੀ ਜਵਾਕਾਂ ਤੋਂ ਔਖੇ ਬਹੁਤ ਹੋਏ ਪਏ। ਅੱਜ ਕੱਲ੍ਹ ਹਾਲਾਤ ਇਹ ਨੇ ਕਿ ਸਿਹਤ ਪੱਖੋਂ ਪੂਰੇ ਵਿਅਕਤੀ ਵੀ ਕੰਮ ਨਹੀਂ ਕਰਦੇ, ਸਗੋਂ ਹੋਰ ਬੁਰੀਆਂ ਅਲਾਮਤਾਂ ਜਿਵੇਂ ਨਸ਼ੇ ਕਰਨਾ ਆਦਿ ਦੀ ਲੱਤ ਲਾ ਕੇ ਲੁੱਟਾਂ ਖੋਹਾਂ ਕਰਦੇ ਨੇ, ਪਰ ਭੋਲਾ ਸਿੰਘ ਅਤੇ ਉਸ ਦੀ ਪਤਨੀ ਉਹਨਾਂ ਲੋਕਾਂ ਲਈ ਉਦਾਹਰਣ ਹੈ। ਉਹ ਅਪਾਹਜ ਹੋਣ ਦੇ ਬਾਵਜੂਦ ਵੀ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਲਿਖਾ ਰਹੇ ਨੇ। ਉਹ ਕਹਿੰਦੇ ਆ ਕਿ ਅਸੀਂ ਹੋਰ ਕੁਝ ਨਹੀਂ ਮੰਗਦੇ, ਪਰ ਰੱਬ ਦਾ ਕੋਈ ਬੰਦਾ ਉਹਨਾਂ ਦੇ ਕਮਰਿਆਂ ਦੀਆਂ ਛੱਤਾਂ ਬਦਲਵਾ ਦੇਵੇ, ਕਿਉਂਕਿ ਉਹ ਤਾਂ ਆਪਣੀ ਕਮਾਈ 'ਚੋਂ ਸਿਰਫ ਘਰ ਦਾ ਗੁਜ਼ਾਰਾ ਹੀ ਚਲਾ ਸਕਦੇ ਆ।